ਕੀ ਕਹਿਣਾ ਚਾਹੋਗੇ ਜੀ ਉਹ ਅੱਗ ਲੱਗੀ ਹੈ ਇੱਥੇ? ਪਹਿਲਾਂ ਵੀ ਤੁਹਾਡੀ ਮਤਲਬ ਮੈਨੂੰ ਪਤਾ ਲੱਗਿਆ ਸੀ ਅੱਗ ਕਣਕ ਤੁਹਾਡੀ ਮੱਚ ਚੁੱਕੀ ਹੈ, 13 ਸਾਡੇ ਮੱਚ ਚੁੱਕੇ ਆ ਜੀ, ਹੁਣ ਸਾਡਾ ਲਾਂਗਾ ਮੱਚ ਗਿਆ 6-6.5 ਕਿੱਲੇ, ਅਤੇ ਅੱਗੇ ਸੜਕ ਦੇ ਪਰਲੇ ਪਾਸੇ ਪਤਾ ਨਹੀਂ ਲਾਈ ਗਈ ਸੀ ਕਿ ਲੱਗੀ ਹੋਈ ਸੀ ਸੜਕ, ਮੇਨ ਹਾਈਵੇ ਕ੍ਰੋਸ ਕਰਕੇ ਇੱਧਰ ਆਈ ਆ, ਇਹ 250 ਏਕੜ ਅੱਜ ਨਾੜ ਦਾ ਮੱਚ ਚੁੱਕਿਆ ਵਾ। ਕੀ ਇਹ ਫਾਇਰ ਬ੍ਰਿਗੇਡ ਸੀ ਜਿਹੜੀ ਉਹ ਟਾਈਮ ਸਿਰ ਪੁੱਜੀ ਸੀਗੀ? ਨਹੀਂ ਜੀ, ਰਾਏਕੋਟ ਦੀ ਫਾਇਰ ਬ੍ਰਿਗੇਡ ਤਾਂ ਹਜੇ ਤੱਕ ਨਹੀਂ ਪੁੱਜੀ, ਇਹ ਤਾਂ ਜਗਰਾਉਂ ਤੋਂ ਆਈ ਆ ਜੀ, ਅਤੇ ਰਾਏਕੋਟ ਵਾਲਿਆਂ ਕੋਲ ਤਾਂ ਸਟਾਫ ਹੀ ਹੈ ਨਹੀਂ ਗਾ, ਉਹਨਾਂ ਨੂੰ ਅਸੀਂ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਹੋਈ ਆ, 1.5 ਮਹੀਨਾ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਵੀ ਉਹਦੇ 'ਤੇ ਸਟਾਫ ਰੱਖ ਲਿਆ ਜਾਵੇ, ਪਰ ਉਹਨਾਂ ਨੇ ਕੋਈ ਗੱਲ ਨੂੰ ਗਾਲਿਆ ਨਹੀਂ ਗਾ, ਅਤੇ ਪ੍ਰਸ਼ਾਸਨ ਅੱਗੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਅਤੇ ਫਾਇਰ ਬ੍ਰਿਗੇਡ 'ਤੇ ਸਟਾਫ ਰੱਖਿਆ ਜਾਵੇ, ਅਸੀਂ ਕਮੇਟੀ ਨੂੰ ਇਹ ਦਰਖਾਸਤ ਕਰਦੇ ਹਾਂ। ਕੁਛ ਕੋਈ ਕਿਸਾਨਾਂ ਵੱਲੋਂ ਨਗਰ ਕੌਂਸਲ ਕੋਲ ਲਿਖ ਕੇ ਦਿੱਤਾ ਗਿਆ ਵੀ ਇਸ ਸੰਬੰਧੀ? ਹਾਂਜੀ, ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਵੀ ਇਹਦੇ 'ਤੇ ਸਟਾਫ ਰੱਖਿਆ ਜਾਵੇ, ਅਤੇ ਉਹਨਾਂ ਨੇ ਕੋਈ ਉਸ 'ਤੇ ਗੌਲੀ ਨਹੀਂ ਗੱਲ ਨੂੰ, ਕੋਈ ਸਟਾਫ ਰੱਖਿਆ ਨਹੀਂ ਗਿਆ ਉਹਦੇ 'ਤੇ। ਜੀ ਵੀਰ ਜੀ, ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਜੀ ਭਗਤ ਸਿੰਘ, ਮੈਂ ਡਰਾਈਵਰ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਜੀ, ਅੱਜ ਕੁਛ ਕਹਿਣਾ ਚਾਹੁੰਦੇ ਹੋ? ਵੀਰ ਜੀ, ਆਪਣੇ ਰਾਏਕੋਟ ਗੱਡੀ ਆਈ ਨੂੰ ਤਕਰੀਬਨ ਮੇਰੇ ਹਿਸਾਬ ਨਾਲ 5 ਸਾਲ ਹੋ ਗਏ ਆ ਇੱਥੇ, ਕਿਉਂਕਿ ਸਟਾਫ ਨਹੀਂ ਰੱਖਿਆ, ਸਾਨੂੰ ਜਗਰਾਉਂ ਤੋਂ ਹੀ ਆਉਣਾ ਪੈਂਦਾ ਇੱਥੇ ਅੱਗ ਬੁਝਾਉਣ, ਜਿੰਨੇ ਵੀ ਸਾਨੂੰ ਸਾਡਾ ਸਪਾਰ ਤੱਕ ਜਾਣਾ ਪੈਂਦਾ ਸਾਨੂੰ ਅੱਗ ਬੁਝਾਉਣ, ਕਿਉਂਕਿ ਏਰੀਆ ਬਹੁਤ ਬਣ ਜਾਂਦਾ ਵਾ ਜਿਹੜਾ ਗੱਡੀ ਨੂੰ ਤਕਰੀਬਨ ਏਰੀਆ ਚਾਹੀਦਾ 10 ਕਿਲੋਮੀਟਰ ਤੋਂ 15 ਕਿਲੋਮੀਟਰ ਦਾ ਵਾਇਰ ਜਾਣੀ ਸਾਰਾ ਤਾਲਾ, ਅਤੇ ਸਾਨੂੰ ਹੁਣ ਇਹ 30-40 ਕਿਲੋਮੀਟਰ ਆਉਣਾ ਪੈਂਦਾ ਵਾ, ਤਾਂ ਇਹ ਦੇਖ ਲਓ ਵੀ ਫਿਰ ਹੁਣ ਨੁਕਸਾਨ ਤਾਂ ਫਿਰ ਗਾਂਹ ਹੋਣਾ ਹੀ ਹੈ ਜੀ, ਜਿਵੇਂ ਅੱਗ ਲੱਗਦੀ ਹੈ ਤਾਂ ਗੱਡੀ 5 ਜਾਂ 10 ਮਿੰਟ ਦੇ ਵਿੱਚ ਪਹੁੰਚਣੀ ਚਾਹੀਦੀ ਹੈ, ਅਤੇ ਜਿੱਥੇ ਸਾਨੂੰ 1.5-2 ਘੰਟਾ ਲੱਗ ਜਾਂਦਾ ਆਉਣ ਨੂੰ। ਅਤੇ ਦੂਜੀ ਗੱਲ, ਇੱਥੇ ਸਟਾਫ ਨਹੀਂ ਰੱਖਿਆ 5 ਸਾਲ ਤੋਂ, ਅਤੇ 3 ਸਾਲ ਅਸੀਂ ਵੀ ਇੱਥੇ ਡਿਊਟੀ ਕਰਕੇ ਜਾਂਦੇ ਰਹੇ ਹਾਂ ਨਗਰ ਕੌਂਸਲ ਜਗਰਾਉਂ ਰਾਏਕੋਟ ਦੇ ਵਿੱਚ, ਅਤੇ ਕਿਉਂਕਿ 3 ਸਾਲ ਅਸੀਂ ਸੀਜ਼ਨ ਦੇ ਵਿੱਚ ਆਉਂਦੇ ਰਹੇ ਹਾਂ, 3 ਸਾਲ ਦੀ ਸਾਨੂੰ ਕੋਈ ਤਨਖਾਹ ਨਹੀਂ ਮਿਲੀ, ਅਤੇ ਅਸੀਂ ਐਰਕੀ ਵੀ ਇਹਨਾਂ ਨੇ ਕਿਹਾ ਸੀਗਾ, ਪਰ ਐਰਕੀ ਅਸੀਂ ਜਵਾਬ ਦਿੱਤਾ ਸੀਗਾ ਵੀ ਅਸੀਂ SDM ਨੂੰ ਵੀ ਅਸੀਂ ਨਹੀਂ ਆ ਸਕਦੇ ਕਿਉਂਕਿ ਸਾਡੀ 3 ਸਾਲ ਦੀ ਤਨਖਾਹ ਨਹੀਂ ਮਿਲੀ, ਵੀ ਅਸੀਂ 3 ਸਾਲ ਆਉਂਦੇ ਲਿਆ ਲਗਾਤਾਰ ਸੀਜ਼ਨ ਦੇ ਵਿੱਚ 1 ਮਹੀਨਾ ਇੱਥੇ ਰੋਕਦੇ, ਖਰਚਾ ਜਿਹੜਾ ਰੋਟੀ ਟੁੱਕ ਦਾ ਵੀ ਅਸੀਂ 1 ਸਾਲ ਆਪਦੇ ਕੋਲੋਂ ਕਰਕੇ ਗਏ ਹਾਂ, ਉਹ ਵੀ ਨਹੀਂ ਮਿਲਿਆ ਸਾਨੂੰ, ਅਤੇ ਹੁਣ ਵੀ 3 ਸਾਲ ਅਸੀਂ ਡਿਊਟੀ ਕੀਤੀ ਹੈ, 3 ਸਾਲ ਦਾ ਸਾਨੂੰ ਕੋਈ ਪੈਸਾ ਨਹੀਂ ਮਿਲਿਆ, ਜਿਹੜਾ ਹੱਕ ਬਣਦਾ ਸੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਇੱਥੋਂ ਰਾਏਕੋਟ ਆਪਣੇ ਨਗਰ ਕੌਂਸਲ 'ਚ। ਤੁਹਾਡੀਆਂ ਕੀ ਮੰਗਾਂ ਨੇ ਆਪਣੀਆਂ? ਅਸੀਂ ਤਾਂ ਇਹੀ ਕਹਿੰਦੇ ਹਾਂ ਜੀ, ਜਿਹੜੇ ਰਾਏਕੋਟ ਦਾ ਕੰਨੀ ਸਾਡੇ ਜਿਹੜੀ ਤਨਖਾਹ ਬਣਦੀ ਹੈ ਸਾਨੂੰ ਉਹ ਦਿੱਤੀ ਜਾਵੇ, ਜਿਹੜਾ ਸਾਡਾ ਹੱਕ ਬਣਦਾ ਵਾ, ਅਸੀਂ ਇਹ ਨਹੀਂ ਕਹਿੰਦੇ ਬਾਕੀ ਇੱਕ ਜਿਹੜੀ ਗੱਡੀ ਇੱਥੇ ਲਿਆਉਂਦੀ ਵੀ ਉਹਦੇ 'ਤੇ ਸਟਾਫ ਜ਼ਰੂਰ ਰੱਖਿਆ ਜਾਵੇ, ਕਿਉਂਕਿ ਜਗਰਾਉਂ ਤੋਂ ਗੱਡੀ ਜਦੋਂ ਆਉਂਦੀ ਆ ਆਪਣੇ ਕਿਸਾਨ ਵੀਰਾਂ ਦਾ ਨੁਕਸਾਨ ਬਹੁਤ ਹੋ ਜਾਂਦਾ ਵਾ, ਕਿਉਂਕਿ ਜਿਹੜੇ ਗੱਡੀ ਨੂੰ ਚਾਹੀਦਾ ਆਲਾ ਦੁਆਲਾ 15 ਕਿਲੋਮੀਟਰ ਦਾ ਏਰੀਆ ਹੁੰਦਾ ਇਹਦਾ, ਅਤੇ ਇਸ ਹਾਲ ਵੀ ਰਾਏਕੋਟ 23 ਕਿਲੋਮੀਟਰ ਬਾਟ ਆ ਜਗਰਾਉਂ ਤੋਂ, ਇਸ ਕਰਕੇ ਹੁਣ ਆ ਕਿਸਾਨ ਵੀਰਾਂ ਦਾ ਕਿੰਨਾ ਨੁਕਸਾਨ ਹੋ ਗਿਆ, ਘੱਟੋ ਘੱਟ 40-45 ਕਿੱਲੇ ਤਾਂ ਜਿਹੜੇ ਟਾਂਗਰ ਦੇ ਹੀ ਮੱਚ ਗਏ ਆ, ਅਤੇ ਜਦੋਂ ਦੁੱਖ ਲੱਗਦਾ ਆਪ ਨੂੰ ਵੀ ਐਡੀ ਦੂਰ ਆਉਂਦਿਆਂ ਨੂੰ ਵੀ, ਅਤੇ ਕਿਸਾਨ ਭਰਾਵਾਂ ਦਾ ਜਦੋਂ ਦੇਖ ਕੇ ਵੀ ਨੁਕਸਾਨ ਹੋਇਆ ਬਹੁਤ ਦੁੱਖ ਹੁੰਦਾ ਜੀ ਇਸ ਗੱਲ ਨੂੰ। ਅਸੀਂ ਤਾਂ ਇਹ ਕਹਿੰਦੇ ਵੀ ਰਾਏਕੋਟ ਦੇ ਵਿੱਚ ਗੱਡੀ ਖੜ੍ਹੀ ਨੂੰ 5 ਸਾਲ ਹੋ ਗਏ, ਉਹਦੇ 'ਤੇ ਮੁਲਾਜ਼ਮ ਰੱਖੇ ਜਾਣ, ਨਾਲੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲੂ ਅਤੇ ਨਾਲੇ ਤੁਹਾਡੇ ਏਰੀਆ ਕਵਰ ਹੋ ਜੂਗਾ। ਇੰਨਾ ਕਹਿੰਦੇ ਬਹੁਤ ਧੰਨਵਾਦ ਤੁਹਾਡਾ। ਅਤੇ ਅੱਗੇ ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ। ਹਾਂਜੀ, ਕੀ ਹਾਦਸਾ ਵਾਪਰਿਆ ਜੀ ਇੱਥੇ? ਇੱਥੇ ਜੀ ਪਹਿਲਾਂ ਅੱਗ ਲੱਗੀ ਹੋਈ ਸੀ ਸੜਕ ਤੋਂ ਪਾਰ, ਜਿਹੜਾ ਬਰਨਾਲਾ ਤੋਂ ਲੁਧਿਆਣਾ ਰੋਡ ਹੈ ਜੀ। ਹਾਂਜੀ, ਉਹਦੇ ਸੜਕ ਤੋਂ ਪਾਰ ਨਾੜ ਨੂੰ ਅੱਗ ਲੱਗੀ ਹੋਈ ਸੀਗੀ ਜੀ, ਉਹ ਅੱਗ ਲੱਗੀ ਹੋਈ ਸੀ, ਪਤਾ ਨਹੀਂ ਲਾਈ ਹੋਈ ਸੀ ਉਹ ਨਹੀਂ ਸਾਨੂੰ ਪਤਾ, ਉਹ ਤੋਂ ਹਵਾ ਦੇ ਨਾਲ ਸੜਕ ਪਾਰ ਕਰਕੇ ਉਹ ਸਾਡੇ ਖੇਤਾਂ ਦੇ ਵਿੱਚ ਆ ਗਈ ਜੀ, ਇੱਥੇ ਆ ਕੇ ਸਾਡਾ ਕੋਈ ਕਰੀਬ 250 ਕਿੱਲੇ ਦੇ ਨੇੜ ਜੀ ਸਾਡਾ ਨਾੜ ਮੱਚ ਗਿਆ। ਕੀ ਲੱਗਦਾ ਤੁਹਾਨੂੰ ਇਹ ਵੀ ਅੱਗ ਲਾਈ ਜਾਂ ਲੱਗੀ ਆ ਜਾਂ ਲਾਈ ਗਈ ਆ ਇਹ ਅੱਗ? ਕੋਈ ਸਾਨੂੰ ਅਸੀਂ ਤਾਂ ਜੀ ਜਦੋਂ ਆਏ ਹਾਂ ਅਸੀਂ ਤਾਂ ਬੁਝਾਉਣ ਦੇ ਵਿੱਚ ਹੋ ਗਏ ਜੀ, ਸਾਨੂੰ ਤਾਂ ਕੁਛ ਪਤਾ ਨਹੀਂ ਲੱਗਿਆ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ, ਸਾਡੇ ਤਾਂ ਦੇਖਦੇ ਜੀ ਸਾਡਾ ਤਾਂ 100 ਦੇ ਹਿਸਾਬ ਨਾਲ ਸਾਡਾ ਤਾਂ ਨਾੜ ਮੱਚ ਗਿਆ ਜੀ।
ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੀ, ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸਾਡਾ ਬਣਦਾ ਗਾ ਜੀ। ਸਾਡਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਪਹਿਲਾਂ ਕਣਕ ਨਹੀਂ ਨਿਕਲੀ ਜੀ, ਤੁਹਾਨੂੰ ਸਾਰਾ ਪਤਾ ਹੀ ਆ, ਅਤੇ ਹੁਣ ਸਾਡਾ ਆਹ ਨੁਕਸਾਨ ਹੋਈ ਜਾਂਦਾ ਜੀ। ਥੋੜ੍ਹੇ ਦਿਨ ਪਹਿਲਾਂ ਅੱਗ ਲੱਗ ਚੁੱਕੀ ਆ, ਪਹਿਲਾਂ ਕੁਛ ਕਣਕ ਮੱਚ ਚੁੱਕੀ ਆ, ਹੁਣ ਨਾੜ ਮੱਚ ਗਿਆ ਜੀ 250 ਕਿੱਲੇ ਦੇ ਕਰੀਬ ਜੀ।